ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਸਾਰੇ ਵੀਰਾਂ ਦਾ ਆਪਣੇ ਚੈਨਲ ਟਰੈਕਟਰ ਮੰਡੀ ਤੇ ਸਵਾਗਤ ਕਰਦੇ ਹਾਂ ਜੀ। ਜੇਕਰ ਕਿਸੇ ਵੀਰ ਨੇ ਐਡ ਕਰਾਉਣੀ ਹੈ ਆਪਣੇ ਚੈਨਲ ਤੇ ਤਾਂ ਮੇਰਾ WhatsApp ਨੰਬਰ ਨੋਟ ਕਰ ਲਓ ਜੀ 7693629488। ਇਸੇ ਨੰਬਰ ਤੇ ਚਾਰ ਪੰਜ ਫੋਟੋਆਂ ਸੈਂਡ ਕਰ ਦਿਓ, ਬਾਕੀ ਤੁਹਾਡੀ ਮਸ਼ੀਨਰੀ ਦੀ ਸਾਰੀ ਜਾਣਕਾਰੀ ਦੇ ਨਾਲ ਬਿਲਕੁਲ ਫ੍ਰੀ ਦੇ ਵਿੱਚ ਐਡ ਕਰ ਦਾਂਗੇ, ਕੋਈ ਕਮਿਸ਼ਨ ਨਹੀਂ ਲੈਂਦੇ ਆਪਾਂ, ਕੋਈ ਖਰਚਾ ਨਹੀਂ ਲੈਂਦੇ ਜੀ। ਹੁਣ ਕਰਦੇ ਆ ਆਪਾਂ ਵੀਡੀਓ ਸਟਾਰਟ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਵੀਰ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦਿਲ ਤੋਂ। ਤੁਸੀਂ ਇੰਨੀ ਸਪੋਰਟ ਕਰਦੇ ਹੋ, ਇੰਨਾ ਪਿਆਰ ਦਿੰਦੇ ਹੋ ਵੀਡੀਓ ਨੂੰ, ਇਸੇ ਤਰ੍ਹਾਂ ਆਪਣਾ ਪਿਆਰ ਬਣਾ ਕੇ ਰੱਖਿਓ। ਤੇ ਅੱਜ ਵੀਰੋ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਗੱਡੀਆਂ ਤੇ ਇੱਕ ਬੁਲਟ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਬੁਲਟ, ਸਟੈਂਡਰਡ ਬੁਲਟ ਆ, ਮਾਡਲ ਹੈ ਇਹਦਾ 2001, 50,000 ਕਿਲੋਮੀਟਰ ਚੱਲਿਆ ਹੋਇਆ ਵੀਰੋ ਆ, ਤੇ ਕੰਡੀਸ਼ਨ ਬਿਲਕੁਲ ਸਾਫ਼ ਹੈ ਬੁਲਟ ਦੀ, ਰੰਗ ਪੈਂਟ ਬਿਲਕੁਲ ਵਧੀਆ ਸ਼ਾਈਨਿੰਗ ਦੇ ਵਿੱਚ। ਟਾਇਰਾਂ ਦੀ ਗੱਲ ਕਰੀਏ ਯਾਰ ਬਿਲਕੁਲ ਨਵੇਂ ਨੇ, ਤੇ ਅੰਮ੍ਰਿਤਸਰ ਇਹਨਾਂ ਦਾ ਏਰੀਆ ਹੈ। 87,000 ਬੁਲਟ ਦੀ ਡਿਮਾਂਡ ਰੱਖੀ ਹੈ ਵੀਰ ਨੇ, ਬਾਕੀ ਕਹਿੰਦੇ ਸੀ ਜਿੰਨਾ ਹੋ ਸਕਦਾ ਮੌਕੇ ਤੇ ਵੀਰ ਲੈਸ ਕਰ ਦੇਣਗੇ, ਬਾਕੀ ਇੱਕ ਵਾਰੀ ਡਿਮਾਂਡ ਹੈ, ਬਾਕੀ ਹਰ ਰੇਟ ਹੁੰਦਾ ਜਿਹੜਾ ਮੌਕੇ ਤੇ ਡਿਸਕਾਊਂਟ ਹੋ ਜਾਂਦਾ ਹੁੰਦਾ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ 97805-25825, ਬਿਲਕੁਲ ਸਾਫ ਕੰਡੀਸ਼ਨ ਹੈ, ਕਾਗਜ਼ ਪੱਤਰ ਕੰਪਲੀਟ ਆ ਬੁਲਟ ਦੇ, ਰੰਗ ਪੈਂਟ ਵਧੀਆ ਹੈ, ਇੰਜਣ ਦਾ ਸਾਰਾ ਕੰਮ ਹੋਇਆ ਹੈ, ਸਰਵਿਸ ਵੀਰ ਨੇ ਕਰਵਾਈ ਹੋਈ ਹੈ। ਬਾਕੀ ਕਿਸੇ ਵੀ ਨੇ ਦੇਖਣਾ ਹੋਵੇ ਅੰਮ੍ਰਿਤਸਰ ਜਾ ਕੇ ਚੈੱਕ ਕਰ ਸਕਦੇ ਹੋ, ਚਲਾ ਕੇ ਕਾਗਜ਼ ਪੱਤਰ ਚੈੱਕ ਕਰਕੇ ਬੁਲਟ ਤੁਸੀਂ ਖਰੀਦ ਸਕਦੇ ਹੋ। ਨੈਕਸਟ ਗੱਡੀ ਹੈ ਵੀਰੋ ਆਪਣੇ ਕੋਲ ਸਵਿਫਟ LDI, ਡੀਜ਼ਲ ਤੇ ਗੱਡੀ ਆ, ਮਾਡਲ ਆ ਗੱਡੀ ਦਾ 2007। ਰੰਗ ਪੈਂਟ ਦੀ ਗੱਲ ਕਰੀਏ ਬਿਲਕੁਲ ਵਧੀਆ ਰੰਗ ਪੈਂਟ ਹੈ, ਸਾਰੇ ਦਾ ਸਾਰਾ ਸ਼ਾਈਨਿੰਗ ਦੇ ਵਿੱਚ ਤੇ ਸਾਰਾ ਓਰਿਜਿਨਲ ਰੰਗ ਪੈਂਟ ਹੈ। ਬਾਕੀ ਅੰਦਰੋਂ ਗੱਲ ਕਰੀਏ ਗੱਡੀ ਦੇ, ਸੀਟ ਕਵਰ ਚੜਵਾ ਰੱਖਿਆ ਵੀ ਇਹਨੇ, ਮੈਟਿੰਗ ਕਰਵਾਈ ਹੋਈ ਹੈ, ਐਸੀ ਹੀਟਰ ਵਰਕਿੰਗ ਦੇ ਵਿੱਚ ਕੰਮ ਕਰਦੇ ਹੈ, ਕਾਗਜ਼ ਪੱਤਰ ਕੰਪਲੀਟ ਨੇ, ਕਿਸੇ ਪਾਸੋਂ ਕੋਈ ਐਕਸੀਡੈਂਟ ਨਹੀਂ ਹੋਈ ਗੱਡੀ ਵੀਰੋ, ਇੰਜਣ ਗੇਅਰ ਦੀ ਬਿਲਕੁਲ ਵਧੀਆ ਗੱਡੀ ਹੈ, 2007 ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਬਹੁਤ ਸਾਫ਼ ਪਈ ਹੈ। ਬਾਕੀ ਟਾਇਰਾਂ ਦੀ ਗੱਲ ਕਰੀਏ, ਦੋ ਟਾਇਰ ਬਿਲਕੁਲ ਨਵੇਂ ਨੇ ਤੇ ਦੋ ਟਾਇਰਾਂ ਦੀ ਕੰਡੀਸ਼ਨ 60% ਹੈ, ਤੇ ਲਾਏ ਪਾਏ ਹੋਏ ਨੇ, PV ਨੰਬਰ ਗੱਡੀ ਹੈ। ਜਿੱਥੇ ਗੱਡੀ ਖੜੀ ਹੈ ਮਾਲਕ ਵੀਰਾਂ ਦਾ ਏਰੀਆ ਜੀਰਾ, ਉੱਥੇ ਜਾ ਕੇ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ ਤੁਸੀਂ ਦੇਖ ਵੀ ਸਕਦੇ ਹੋ। 1,75,000 ਗੱਡੀ ਦੀ ਡਿਮਾਂਡ ਰੱਖੀ ਹੈ ਵੀਰ ਨੇ, ਬਾਕੀ ਜਿੰਨਾ ਹੋ ਸਕਦਾ ਹੈ ਮੌਕੇ ਤੇ ਵੀਰ ਲੈਸ ਕਰ ਲੂਗਾ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ 83605-13414। ਕਿਸੇ ਵੀ ਨੇ ਗੱਡੀ ਖਰੀਦਣੀ ਹੋਵੇ, ਆਹ ਕੋਈ ਵੀਰ ਗੱਡੀ ਖਰੀਦਣ ਦਾ ਚਾਹਵਾਨ ਹੈ, ਮਾਲਕ ਵੀਰ ਨੂੰ ਫੋਨ ਕਰਕੇ ਜੀਰੇ ਜਾ ਕੇ ਗੱਡੀ ਨੂੰ ਚੈੱਕ ਕਰ ਸਕਦੇ ਹੋ, ਕਾਗਜ਼ ਪੱਤਰ ਚੈੱਕ ਕਰਕੇ ਗੱਡੀ ਚੈੱਕਆਊਟ ਕਰਕੇ ਪੂਰੀ, ਬਾਕੀ ਕਾਪੀ ਦੀਆਂ ਫੋਟੋਆਂ ਆ ਰਹੀਆਂ ਉੱਤੇ ਦੇਖ ਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਨੈਕਸਟ ਗੱਡੀ ਆਪਣੇ ਕੋਲ ਮਹਿੰਦਰਾ ਲੋਗਨ, ਕੰਡੀਸ਼ਨ ਦੀ ਬਿਲਕੁਲ ਵਧੀਆ ਗੱਡੀ ਆ, ਮਾਡਲ ਹੈ ਗੱਡੀ ਦਾ 2008। ਰੰਗ ਪੈਂਟ ਦੀ ਗੱਲ ਕਰੀਏ, ਜੇਕਰ ਰੰਗ ਪੈਂਟ ਹੈ ਬਿਲਕੁਲ ਸਾਫ਼ ਗੱਡੀ ਦਾ, ਕੋਈ ਕਮੀ ਨਹੀਂ ਗੱਡੀ 'ਚ, ਇੰਜਣ ਗੇਅਰ ਦੀ ਬਿਲਕੁਲ ਵਧੀਆ ਗੱਡੀ ਹੈ, PV ਨੰਬਰ ਹੈ ਗੱਡੀ ਦਾ, ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਸਾਰੇ ਕੰਪਲੀਟ ਨੇ। ਬਾਕੀ ਅੰਦਰੋਂ ਗੱਲ ਕਰੀਏ, ਸੀਟ ਕਵਰ ਚੜੇ ਹੋਏ ਆ ਪੂਰੇ ਟੌਪ ਕਲਾਸ ਦੇ, ਤੇ ਬਹੁਤ ਹੀ ਸੰਭਾਈ ਨਾਲ ਗੱਡੀ ਵੀਰ ਨੇ ਰੱਖੀ ਹੈ, ਮੈਟਿੰਗ ਕਰਵਾਈ ਹੋਈ ਹੈ, ਤੇ ਬਾਕੀ ਕੋਈ ਕਮੀ ਨਹੀਂ ਗੱਡੀ 'ਚ, ਨਵੀਂ ਬੈਟਰੀ ਹੈ, ਕਿਸੇ ਪਾਸੋਂ ਕੋਈ ਐਕਸੀਡੈਂਟ ਨਹੀਂ ਹੋਈ, ਬਾਕੀ ਚਾਰੋਂ ਟਾਇਰ ਬਿਲਕੁਲ ਨਵੇਂ ਆ ਗੱਡੀ ਦੇ, ਤੇ ਚਾਰੋਂ ਟਾਇਰਾਂ 'ਚ ਲਾਏ ਪਾਏ ਹੋਏ ਹੈ, ਕੋਈ ਦਾਗ ਧੱਪਾ ਨਹੀਂ ਟਾਇਰਾਂ 'ਤੇ, ਨਾ ਲਾਏ 'ਤੇ ਅਤੇ ਨਾ ਗੱਡੀ 'ਤੇ। ਲੁਧਿਆਣੇ ਤੋਂ ਆਪਣੇ ਕੋਲ ਗੱਡੀ ਆਈ ਆ, ਕਿਸੇ ਵੀ ਨੇ ਦੇਖਣੀ ਹੋਵੇ ਲੁਧਿਆਣੇ ਜਾ ਕੇ ਚੈੱਕਆਊਟ ਕਰ ਸਕਦੇ ਹੋ। 1,32,000 ਗੱਡੀ ਦੀ ਡਿਮਾਂਡ ਹੈ, ਬਾਕੀ ਜਿੰਨਾ ਹੋ ਸਕਦਾ ਮੌਕੇ 'ਤੇ ਵੀਰ ਘੱਟ ਕਰ ਲੈਣਗੇ। 99141-50561 ਮਾਲਕ ਵੀਰ ਦਾ ਨੰਬਰ ਹੈ। ਬਾਕੀ ਬ੍ਰੇਕਾਂ ਦਾ ਗੇਅਰ ਕਲੱਚ ਸਾਰਾ ਕੰਮ ਗੱਡੀ ਦਾ ਹੋਇਆ, ਗੱਡੀ ਕੋਈ ਕੰਮ ਨਹੀਂ ਭਾਲਦੀ, ਕਿਸੇ ਵੀ ਨੇ ਖਰੀਦਣੀ ਹੈ ਤੁਹਾਨੂੰ 1 ਰੁਪਿਆ ਉੱਤੇ ਲਾਉਣ ਦੀ ਜ਼ਰੂਰਤ ਨਹੀਂ। ਬਾਕੀ ਚਾਰੇ ਪਾਸੇ ਫੋਟੋਆਂ ਆ ਰਹੀਆਂ ਗੱਡੀ ਦੀਆਂ ਤੁਸੀਂ ਦੇਖ ਰਹੇ ਹੋ। ਤੇ ਜਿੰਨੇ ਵੀਰ ਚੈਨਲ ਤੇ ਨਵੇਂ ਨੇ, ਪਹਿਲੀ ਵਾਰ ਆਏ ਨੇ ਵੀਡੀਓ ਤੇ ਇਸੇ ਤਰ੍ਹਾਂ ਹੀ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਹੋ, ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜਿੱਤੇ ਸਬਸਕ੍ਰਾਈਬ ਲਿਖਿਆ ਹੈ, ਉਹਨੂੰ ਦੱਬ ਦਿਓ, ਨਾਲ ਇੱਕ ਘੰਟੀ ਦਾ ਬਟਨ ਹੋਊਗਾ ਉਹਨੂੰ ਆਲ ਤੇ ਸੈੱਟ ਕਰਕੇ ਜ਼ਰੂਰ ਦੱਬ ਲਿਓ। ਇਹਨਾਂ ਦੋਨਾਂ ਦਾ ਫਾਇਦਾ ਇਹ ਹੋਊਗਾ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ ਤੇ ਨਵੀਂ ਵੀਡੀਓ ਦਾ ਤੁਰਤ ਪੈਰ
मैं सी तुहाडे कोले चला जाऊंगा ते सब तो पहला तुसी वीडियो नू देख सकोगे। नाल दी नाल वीडियो नू लाइक जरूर कर दो, चल दी वीडियो नू अगे शेयर कर दो ते कमेंट करके जरूर दस्या करो वीडियो किवें दी लगदी है। अगली गड्डी है जी अपने कोले अल्टो LX, कंडीशन दी बिल्कुल साफ गड्डी आ, मॉडल आ गड्डी दा 2010। रंग पैंट की गल करिए बिल्कुल बढ़िया शाइनिंग दे विच ओरिजिनल जिहड़ा कंपनी वल्लों आउंदा है ओह रंग पैंट है। किसे पासो एक्सीडेंट नहीं हुई, किसे पासो प्रॉब्लम नहीं गड्डी दे, आल ओरिजिनल गड्डी है। अंदरों गल करिए सीट कवर चढ़वा रखिया वीर ने, AC हीटर वर्किंग च है, म्यूजिक सिस्टम चलदा है, बाकी कोई कमी नहीं गड्डी च, इंजन गियर दी बिल्कुल साफ गड्डी है। नवे टायर ने चारों हुणे पवाया वीर ने ते गड्डी किसे कारण करके बेच रहे ने वीर कहिंदे सी कि थोड़ी जी जरूरत है जी। ते अमृतसर इन्हां दा एरिया वीरो 1,65,000 गड्डी की डिमांड है, बाकी जिन्ना हो सकता मौके ते वीर लैस कर लूगा। 9649-06-6280 मालक वीर का नंबर है, अमृतसर जाके चैक कर सकते हो, किसी वीर ने गड्डी देखना है चैकआउट करके कागज पत्र चैक करके देख के गड्डी तुसी खरीद सकते हो। नैक्सट गड्डी है वीरो अपने कोले स्विफ्ट BDI, कंडीशन बिल्कुल साफ है गड्डी दी, 2014 मॉडल गड्डी आ, रंग पैंट दी बिल्कुल साफ है, शोरूम कंडीशन गड्डी है, बहुत ही घट चलाई है वीर ने ते फैमिली लिए यूज हुई है, किसी पासे कोई एक्सीडेंट नहीं हुई, किसी पासे कोई प्रॉब्लम नहीं। बाकी टायरों की गल करिए चारों टायर बिल्कुल नवे हैं, जेतो तो अपने कोले आह गड्डी आई है, किसी भी ने गड्डी देखनी हो भी जेतो जाके गड्डी तुसी चेकआउट कर सकते हो। बाकी PV नंबर है गड्डी का लाए पाए हुए है, किसी पासों कोई प्रॉब्लम नहीं, इंजन गियर की बिल्कुल साफ गड्डी है, सीट कवर चढ़वाए हुए है, मैटिंग भी इन्हें करवा रखी है। 5,10,000 गड्डी की डिमांड है, बाकी जिन्ना हो सकता है मालक भीर घट कर लेंगे। मालक भीर का नंबर स्क्रीन के उत्ते शो हो रहा है 79732-34425, बाकी चारे पासों फोटो आ रही हैं तुसी देख रहे हो, गड्डी बारे दसन की लोड़ ही नहीं, गड्डी मूहों बोलती है। बाकी अज लिए इन्ना ही, अज की वीडियो वीरो तुहानू किवें दी लगी कमेंट करके जरूर दस्यो, कमेंट च आपकी राय जरूर दस्या करो कि वीडियो मशीनरियां गड्डियां किवें दी लगदियां। बाकी किसी भी ने कोई मशीनरी पवानी होवे वीडियो दे विच तुसी कमेंट कर सकते हो, आपां उही मशीनरी वीडियो दे विच पा दिंदे हुंदे आ। ते कमेंट करके जरूर दस्यो तुहानू वीडियो किवें लगी, ते पसंद आई होवे वीडियो लाइक जरूर कर दिओ। मिलदे आ किसी इसे तरह की नवी वीडियो दे नाल, जुड़े रहो जी अपने चैनल नाल, ते खुश रहो, अपने परिवार का ध्यान रखो, परिवार च ही रहो, ते ज़्यादा घर तो बाहर ना जाओ।